ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਡਰੱਗ ਫਰੀ ਬਣਾਉਣਾ ਸਟੇਟ ਨੂੰ, ਉਹਦੇ ਤਹਿਤ ਜਿਹੜਾ ਐਂਟੀ ਡਰੱਗ ਕੈਂਪੇਨ ਹੈ ਉਹਦੇ 'ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। 3 ਕਿਲੋ ਹੀਰੋਇਨ ਫੜੀ ਹੈ ਔਰ 4 ਸਮਗਲਰ ਵਿੱਚ ਫੜੇ ਗਏ ਨੇ। ਔਰ ਇਹਦੇ ਜਿਹੜੀ ਬੇਸਿਕ ਗੱਲ ਹੈ ਉਹ ਇਹ ਹੈ ਕਿ ਇਹ 2 ਕੇਸ ਰਜਿਸਟਰ ਹੋਏ ਨੇ ਔਰ ਇਹਨਾਂ ਦੋਨੋਂ ਕੇਸਾਂ 'ਚ ਪਾਕਿਸਤਾਨ ਬੇਸਡ ਔਰ ਫੋਰਨ ਬੇਸਡ ਸਮਗਲਰਸ ਦਾ ਜਿਹੜਾ ਐਂਗਲ ਉਹ ਸਾਹਮਣੇ ਆਇਆ। ਇਹਦੇ 'ਚ ਜਿਹੜਾ ਛਿਆਟੇ ਦੇ ਵਿੱਚ ਕੇਸ ਦਰਜ ਹੋਇਆ ਜੋ 2.5 ਕਿਲੋ ਹੀਰੋਇਨ ਫੜੀ ਗਈ ਹੈ। ਸੁਹੇਲ ਹੈ ਲੜਕਾ, ਲਾਹੌਰਗੜ੍ਹ ਗੇਟ ਅੰਮ੍ਰਿਤਸਰ ਦਾ। ਇਹ ਬਾਹਰ ਪਾਕਿਸਤਾਨ ਦੇ ਸਮਗਲਰਸ ਨਾਲ ਡਾਇਰੈਕਟਲੀ ਟੱਚ ਸੀ ਔਰ ਉਸ ਤੋਂ ਇਲਾਵਾ ਬਾਕੀ ਫੋਰਨ ਕੰਟਰੀ ਦੇ ਸਮਗਲਰਸ ਨਾਲ ਵੀ ਇਨਟੱਚ ਸੀਗਾ। ਇਹ ਸਾਰੀ ਜਿਹੜੀ ਦੋਨੋਂ ਬੜੀ ਅੱਛੀਆਂ ਰਿਕਵਰੀਆਂ ਹੋਈਆਂ। ਇਹਦੇ 'ਚ ਸਾਡੇ DCP ਮਿਸਟਰ ਹਰਪ੍ਰੀਤ ਮੰਡੇਰ, DCP ਸਾਹਿਬ ਅਭਿਮਨਿਊ ਰਾਣਾ ਜੀ, ਸ਼ਿਵ ਦਰਸ਼ਨ ਸਾਡੇ ACP ਔਰ ਰੋਬਿਨ ਹੰਸ ਔਰ ਵਿਨੋਦ ਕੁਮਾਰ ਸਾਡੇ ਜਿਹੜਾ SHO, ਇਹਨਾਂ ਦੋਨਾਂ ਦੀ ਔਰ ਇਹਨਾਂ ਦੀ ਟੀਮ ਦੀ ਬੜੀ ਅੱਛੀ ਭੂਮਿਕਾ ਰਹੀ ਹੈ। ਸੁਹੇਲ ਦੀ ਪੁੱਛਗਿੱਛ ਤੋਂ ਅਸੀਂ ਅੱਗੇ ਜਿਹੜਾ ਗੱਲਾਂ ਟਰੇਸ ਕਰ ਰਹੇ ਹਾਂ ਜਾਂ ਇਨਵੈਸਟੀਗੇਟ ਕਰ ਰਹੇ ਹਾਂ, ਉਹ ਇਸ ਸਮੇਂ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਕਾਫੀ ਵੱਡਾ ਕਾਟਲ ਸਾਹਮਣੇ ਆਇਆ ਹੈ। ਇਹ 25 ਸਾਲ ਦੀ ਉਮਰ ਹੈ, 12ਵੀਂ ਪਾਸ ਹੈ, ਆਂਡੇ ਵਗੈਰਾ ਦੀ ਲੇਡੀ ਰੋਂਦਾ ਸੀ ਪੈਂਦਾ ਇਹ ਖਜ਼ਾਨਾ ਗੇਟ ਦੇ ਕੋਲ ਅੰਮ੍ਰਿਤਸਰ। ਅਤੇ 2 ਕੁ ਮਹੀਨੇ ਤੋਂ ਜ਼ਿਆਦਾ ਸਰਗਰਮ ਹੋਇਆ ਜੋ ਇਹਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ। ਦੂਸਰਾ ਜਿਹੜਾ ਥਾਣੇ ਸਦਰ ਦਾ ਕੇਸ ਹੈ ਉਹਦੇ 'ਚ 4 ਬੰਦੇ ਫੜੇ ਗਏ ਨੇ, 2 ਭਰਾ, ਉਹਨਾਂ 4ਾਂ 'ਚੋਂ 2 ਭਰਾਵਾਂ ਦੇ ਉਹ ਅਕਿਊਜ਼ ਨੇ। ਉਹ ਅਵਤਾਰ ਸਿੰਘ ਹੈ ਅਤੇ ਸਮੀਰ, ਇਹ ਦੋਨੇ ਰੀਅਲ ਬ੍ਰਦਰ ਨੇ, ਅਰਸ਼ਦੀਪ ਅਤੇ ਯੁਵਰਾਜ। ਇਹ ਸਾਰੇ ਨੁਸ਼ਹਿਰਾ ਢਾਲਾ ਥਾਣਾ ਸਰਾਏ ਮਾਨਤ ਖਾਨ ਡਿਸਟ੍ਰਿਕਟ ਤਰਨ ਤਾਰਨ ਦੇ ਰਹਿਣ ਵਾਲੇ ਹੈ। ਔਰ ਜਿਹੜਾ ਅਵਤਾਰ ਸਿੰਘ ਹੈ ਇਹਦੇ ਖਿਲਾਫ਼ 2 FIRਾਂ ਪਹਿਲਾਂ NDPS ਦੀਆਂ ਦਰਜਾ ਤਰਨ ਤਾਰਨ ਦੇ ਵਿੱਚ, ਔਰ ਹਲਵਾਈ ਦਾ ਕੰਮ ਕਰਦਾ ਸੀਗਾ ਇਹ ਪਹਿਲਾਂ, ਉਸ ਤੋਂ ਬਾਅਦ ਇਹ ਡਰੱਗ ਸਮਗਲਿੰਗ 'ਚ ਆ ਗਿਆ ਔਰ ਜੇਲ੍ਹ 'ਚੋਂ ਬਾਹਰ ਆ ਕੇ ਵੀ ਇਹ ਕੰਮ ਕਰ ਰਿਹਾ। ਸਮੀਰ ਜਿਹੜਾ ਹੈਗਾ ਇਹ ਉਹਦਾ ਬ੍ਰਦਰ ਹੈ, ਇਹਦੇ ਖਿਲਾਫ਼ ਵੀ 1 FIR ਦਰਜ ਹੈ NDPS ਐਕਟ ਦੀ ਤਰਨ ਤਾਰਨ ਦੇ ਵਿੱਚ। ਜਿਹੜਾ ਅਰਸ਼ਦੀਪ ਹੈਗਾ ਇਹਦੇ ਖਿਲਾਫ਼ ਕੋਈ ਪਹਿਲਾਂ ਪਰਚਾ ਦਰਜ ਨਹੀਂ, ਪਰ ਇਹਨਾਂ ਤੋਂ ਨਾਲ ਜੁੜਿਆ। ਇਹ ਐਲਮੀਨੀਅਮ ਦੇ ਦਰਵਾਜ਼ੇ ਬਣਾਉਣ ਦਾ ਕੰਮ ਕਰਦਾ ਹੈ। ਔਰ ਯੁਵਰਾਜ ਜਿਹੜਾ ਇਹ ਵੈਲਡਿੰਗ ਦੀ ਦੁਕਾਨ ਹੈ ਝਬਾਲ ਅਤੇ, ਬਟ ਇਹਦੇ ਖਿਲਾਫ਼ ਵੀ ਪਹਿਲਾਂ ਕੋਈ ਪਰਚਾ ਨਹੀਂ। ਔਰ ਇਹਦੇ ਦੱਸਣ ਮੁਤਾਬਕ ਲਾਸਟ 8-10 ਮਹੀਨਿਆਂ ਤੋਂ ਕਾਫ਼ੀ ਇਹ ਹੀਰੋਇਨ ਟ੍ਰੇਡ ਦੇ ਵਿੱਚ, ਸਮਗਲਰਸ ਦੇ ਕੰਟੈਕਟ ਦੇ ਵਿੱਚ ਹੈ। ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਇੱਕ ਮੰਨਦਾ, ਤਾਂ ਪ੍ਰੈਸ ਨੋਟ ਵੀ ਸ਼ੇਅਰ ਕੀਤਾ ਜਾਏਗਾ। ਸੋ ਸਾਡੀ ਜਿਹੜੀ ਕੋਸ਼ਿਸ਼ ਇਹੀ ਹੈ ਕਿ ਇਹਦੇ ਵਿੱਚ ਜਿਹੜੇ ਫਾਰਵਰਡ ਅਤੇ ਬੈਕਵਰਡ ਲਿੰਕੇਜਸ ਨੇ, ਸਪੈਸ਼ਲੀ ਜਿਹੜੇ ਸਾਡੇ ਸ਼ਹਿਰ ਨਾਲ ਰਿਲੇਟਡ ਨੇ, ਕਿਉਂਕਿ ਜ਼ਿਆਦਾਤਰ ਇਹ ਤੁਹਾਨੂੰ ਪਤਾ ਬਾਰਡਰ ਏਰੀਏ ਦੇ ਵਿੱਚੋਂ ਕੰਸਾਈਨਮੈਂਟਸ ਅਤੇ ਸਾਰਾ ਇਹਨਾਂ ਦਾ ਕੰਟੈਕਟਸ ਬਣਦੇ ਆ। ਔਰ ਜਿਹੜੇ ਉਹ 4 ਦੋਸ਼ੀ ਦੂਜੇ ਕੇਸ ਦੇ ਵਿੱਚ ਨੇ, ਉਹ ਤਾਂ ਪਿੰਡ ਹੀ ਸਾਰਾ ਕਾਫੀ ਇਸ ਦੇ ਵਿੱਚ ਅੱਗੇ ਫਿਗਰ ਹੋਏ ਆ, ਉਸ ਪਿੰਡ ਦੇ ਕਾਫੀ ਆਪਾਂ ਨੂੰ ਸਮਗਲਰਸ ਹੈ। ਔਰ ਸਿਟੀ ਦੇ ਵਿੱਚ ਜਿਹੜੇ ਦੇ ਗਾਹਕ ਆ ਉਹ ਵੀ ਸਾਰੇ ਅਸੀਂ ਜਿਹੜੇ ਉਹ ਇਨਵੈਸਟੀਗੇਟ ਕਰ ਰਹੇ ਹਾਂ। ਔਰ ਮੈਨੂੰ ਉਮੀਦ ਹੈ ਕਿ ਇਹਦੇ 'ਚ ਆਉਣ ਵਾਲੇ ਸਮੇਂ 'ਚ ਸਾਨੂੰ ਕਾਫੀ ਅੱਛੀ ਹੋਰ ਰਿਕਵਰੀ ਹੋਣ ਦੀ ਆਸ ਹੈ। ਇਹਦੇ 'ਚ ਡਰੱਗ ਮਨੀ ਅਤੇ ਤੋਲਣ ਵਾਲਾ ਜਿਹੜਾ ਸਕੇਲ ਆ ਉਹ ਵੀ ਰਿਕਵਰ ਹੋਇਆ। ਦੇਖੋ ਜਿੱਦਾਂ ਆਪਾਂ ਪਹਿਲਾਂ ਵੀ ਬਹੁਤ ਵਾਰ ਰਿਕਵਰੀਆਂ 'ਚ ਦੇਖਿਆ ਕਿ ਬਾਹਰ ਬੈਠੇ ਆ, ਜੇ ਕੋਈ ਆਪਣੇ ਯੂਰਪ 'ਚ ਬੈਠਾ, ਕੋਈ ਅਮੈਰੀਕਨ ਕੰਟੀਨੈਂਟ 'ਚ ਬੈਠਾ, ਕੈਨੇਡਾ 'ਚ ਬੈਠਾ, ਉਹ ਬਾਹਰੋਂ ਬੈਠੇ ਬੰਦੇ ਇਹਨਾਂ ਦਾ ਸੰਪਰਕ ਲੋਕਲ ਬੰਦਿਆਂ ਦਾ ਔਰ ਪਾਕ ਬੇਸ ਸਮਗਲਰਸ ਦਾ ਆਪਸ 'ਚ ਕੰਟੈਕਟ ਕਰਵਾਉਂਦੇ ਆ, ਅਤੇ ਉਹਨੂੰ ਫਿਰ ਅਸੀਂ ਜਿਹੜੀ ਹੈ ਹਵਾਲਾ ਰਾਹੀਂ ਉਹ ਪੈਸਿਆਂ ਦਾ ਵੀ ਲੈਣ ਦੇਣ ਕਰਦੇ ਆ। ਸੋ ਇਹਨਾਂ ਕੇਸਾਂ ਦੇ ਵਿੱਚ ਵੀ ਜਿਹੜੀ ਮਨੀ ਟ੍ਰੇਲ ਆ ਉਹਨੂੰ ਵੀ ਅਸੀਂ ਬੜੀ ਡੂੰਘਾਈ ਨਾਲ ਉਹਦੇ 'ਚ ਇਨਵੈਸਟੀਗੇਟ ਕਰ ਰਹੇ ਹਾਂ। ਬੇਸਿਕਲੀ ਇਹ ਸਾਰਾ ਜਿਹੜੇ ਇੱਥੋਂ ਕ੍ਰਿਮੀਨਲ ਬੰਦੇ ਗਏ ਜਾਂ ਉੱਥੇ ਬੈਠੇ, ਉਹਨਾਂ ਨੂੰ ਈਜ਼ੀ ਮਨੀ ਦੀ ਜਿਹੜੀ ਲਾਲਚ ਆ ਉਹਦੇ 'ਚ ਹੀ, ਮੈਂ ਸਮਝਦਾ ਕਿ ਉਹ ਇਸ ਚੀਜ਼ਾਂ ਨੂੰ ਹੋਰ ਇਨਕਰੇਜ ਕਰਦੇ।